ਇਸ ਤੋਂ ਬਾਦ ਮੈਂ ਫਰਮਾਇਸ਼ ਦੇ ਉੱਤੇ ਪੇਸ਼ ਕਰ ਰਿਹਾ ਵਾਂ ਕਬੱਡੀ ਦੀ ਜਿਹੜੀ ਕਮੈਂਟਰੀ ਹੁੰਦੀ ਰਹੀ ਹੈ ਉਹਦੇ ਵਿੱਚ ਜਿਹੜਾ ਮੇਰਾ ਕਲਾਮ ਪੜਿਆ ਗਿਆ ਕਿ ਇਹ ਕੌਡੀ ਖੇਡ ਪੰਜਾਬ ਦੀ ਇਹਦੀ ਸਦੀਆਂ ਤੋਂ ਪਹਿਚਾਣ ਇਹ ਕੌਡੀ ਖੇਡ ਪੰਜਾਬ ਦੀ ਇਹਦੀ ਸਦੀਆਂ ਤੋਂ ਪਹਿਚਾਣ ਤੇ ਗੱਭਰੂ ਪੁੱਤ ਪੰਜਾਬ ਦੇ ਇਹਦਾ ਵਾਹਵਾ ਮਾਣ ਵਧਾਣ ਕੋਈ ਹੱਥਾਂ ਵਿੱਚ ਹਥਿਆਰ ਵੀ ਨਹੀਂ ਤੇ ਜੰਗ ਦਾ ਹੋਵੇ ਗੁਮਾਨ ਇਹ ਖੇਡ ਨੀ ਯਾਰ ਜ਼ਨਾਨੀਆਂ ਦੀ ਇਹਨੂੰ ਖੇਡਣ ਸ਼ੇਰ ਜਵਾਨ ਇਹਦੇ ਰਾਖੇ ਰਾਠ ਤੇ ਚੌਧਰੀ ਇਹਦੇ ਮੁਨਸਫ ਨੇ ਪ੍ਰਧਾਨ ਓਏ ਸੁੱਚੀਆਂ ਖੇਡਾਂ ਖੇਡਣ ਵਾਲੇ ਹੱਥ ਲਾ ਕੇ ਨੱਸ ਜਾਣ ਤੇ ਸੋਟ ਕਰਾ ਕੇ ਸੁੱਟ ਦਿੰਦੇ ਨੇ ਕੰਡ ਪਰਨੇ ਭਲਵਾਨ ਕੋਈ ਜਾਫੀ ਜੱਫਾ ਮਾਰ ਲਵੇ ਤੇ ਫੇਰ ਨਹੀਂ ਦਿੰਦਾ ਜਾਣ ਇਹ ਰਾਣੀ ਸਾਰੀਆਂ ਖੇਡਾਂ ਦੀ ਇਹਦੀ ਵੱਖਰੀ ਟੌਰ ਤੇ ਸ਼ਾਨ ਓਏ ਕੌਡੀ ਦੇ ਖੜਕਾਰੀ ਸ਼ਾਕਿਰ ਦਿਸਦੇ ਨੇ ਸੁਲਤਾਨ ਤੇ ਇਹ ਸਾਰੀ ਖੇਡ ਮੁਕਦਰਾਂ ਦੀ ਜੇ ਬਾਹਾਂ ਨੇ ਕੁਰਬਾਨ ਇਹ ਸਾਰੀ ਖੇਡ ਮੁਕਦਰਾਂ ਦੀ ਜੇ ਬਾਹਾਂ ਨੇ ਕੁਰਬਾਨ ਪਰ ਦਰਦਾਂ ਤੋਂ ਨਹੀਂ ਹਾਰਿਆ ਸ਼ਾਕਿਰ ਦੁਨੀਆ ਹੋਈ ਹੈਰਾਨ ਬਹੁਤ ਸ਼ੁਕਰੀਆ ਜਨਾਬ ਇਹ ਜ਼ਬਾਨ ਜਿਹੜੀ ਹੈ ਇਹ ਸਿਰਫ ਗਾਲੀਆਂ ਦੀ ਜ਼ਬਾਨ ਹੈ ਜੀ ਤੇ ਐਵੇਂ ਇਹ ਜ਼ਬਾਨ ਨਹੀਂ ਜ਼ਬਾਨ ਕੋਈ ਵੀ ਹੋਵੇ ਉਹ ਇੱਕ ਆਪਣੇ ਜਜ਼ਬਾਤ ਔਰ ਖਿਆਲਾਤ ਦਾ ਇਜ਼ਹਾਰ ਦਾ ਇੱਕ ਜਿਹੜਾ ਤਰੀਕਾ ਔਰ ਮੈਂ ਪੰਜਾਬੀ ਜ਼ਬਾਨ ਨਾਲ ਇਸ ਤੋਂ ਪਿਆਰ ਕਰਨਾ ਕਿ ਮੈਂ ਪੰਜਾਬ ਦਾ ਰਹਿਣ ਵਾਲਾ ਵਾਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਪੰਜਾਬੀ ਨਹੀਂ ਬੋਲੇਗਾ ਤੇ ਹੋਰ ਕੀ ਬੋਲੇਗਾ ਤੇ ਇਸ ਹਵਾਲੇ ਨਾਲ ਲਿਖਿਆ ਕਿ ਬੋਲ ਕੇ ਆਪਣੀ ਠੇਠ ਪੰਜਾਬੀ ਰਹਿਣ ਨਹੀਂ ਦਿੰਦਾ ਹੇਠ ਪੰਜਾਬੀ ਤੇ ਹਰਫ ਨੇ ਮੇਰੇ ਹੀਰੇ ਮੋਤੀ ਮੈਂ ਸ਼ਾਕਿਰ ਸੇਠ ਪੰਜਾਬੀ ਤੇ ਪਿਆਰ ਤੋਂ ਵੱਧ ਕੋਈ ਦਾਨ ਨਹੀਂ ਹੁੰਦਾ ਦਾਨ ਕਦੀ ਨੁਕਸਾਨ ਨਹੀਂ ਹੁੰਦਾ ਤੇ ਜਿਹੜਾ ਦਿਲ ਦੇ ਅੰਦਰ ਵੱਸਦਾ ਉਹ ਮਾਲਕ ਮਹਿਮਾਨ ਨਹੀਂ ਹੁੰਦਾ ਤੇ ਜਿਹੜਾ ਕਰੇ ਇਬਾਦਤ ਰੱਬ ਦੀ ਉਹ ਵੀ ਕੋਈ ਨਾਦਾਨ ਨਹੀਂ ਹੁੰਦਾ ਪਰ ਜਿੰਨੀ ਵੀ ਕੋਈ ਕਰੇ ਇਬਾਦਤ ਰੱਬ ਤੇ ਕੋਈ ਆਸਾਨ ਨਹੀਂ ਹੁੰਦਾ ਤੇ ਰੱਬ ਸੋਹਣੇ ਆਈਨ ਬਣਾਇਆ ਕਸਮਾਂ ਲਈ ਕੁਰਾਨ ਨਹੀਂ ਹੁੰਦਾ ਤੇ ਫਜ਼ਲ ਖੁਦਾ ਦਾ ਜੇ ਨਾ ਹੋਵੇ ਭਾਰ ਗਮਾਂ ਦਾ ਚਾਣ ਨਹੀਂ ਹੁੰਦਾ ਤੇ ਮੁੱਲ ਜੋ ਭਰਿਆ ਆਜ਼ਾਦੀ ਦਾ ਉਹ ਵੀ ਯਾਰ ਬੁਲਾਉਣ ਨਹੀਂ ਹੁੰਦਾ ਮੁਲਕ ਬੜੇ ਨੇ ਦੁਨੀਆਂ ਤੇ ਪਰ ਹਰ ਇੱਕ ਪਾਕਿਸਤਾਨ ਨਹੀਂ ਹੁੰਦਾ ਤੇ ਸਾਵੇ ਪੱਤਰ ਸਾਰੇ ਹੁੰਦੇ ਨੇ ਹਰ ਪੱਤਾ ਤੇ ਪਾਨ ਨਹੀਂ ਹੁੰਦਾ ਤੇ ਜੇ ਕੋਈ ਹਰ ਗੱਲ ਪੁੱਠੀ ਸਮਝੇ ਉਹਨੂੰ ਤੇ ਸਮਝਾਉਣ ਨਹੀਂ ਹੁੰਦਾ ਤੇ ਲੋਕੀ ਸਿਰ ਫਸਾ ਲੈਂਦੇ ਨੇ ਜਿੱਥੇ ਹੱਥ ਫਸਾਉਣ ਨਹੀਂ ਹੁੰਦਾ ਤੇ ਰੱਜ ਕੇ ਰਾਗ ਨਾ ਚੰਗਾ ਨਿਕਲੇ ਭੁੱਖ ਦੇ ਵਿੱਚ ਵੀ ਗਾਣ ਨਹੀਂ ਹੁੰਦਾ ਤੇ ਆਲਾ ਜ਼ਰਫ ਨਹੀਂ ਧੋਖਾ ਦਿੰਦੇ ਕੰਮ ਜ਼ਰਫਾਂ ਤੇ ਮਾਣ ਨਹੀਂ ਹੁੰਦਾ ਦਰ ਤੇ ਆਏ ਹੱਕਦਾਰਾਂ ਨੂੰ ਖਾਲੀ ਹੱਥ ਪਰਤਾਣ ਨਹੀਂ ਹੁੰਦਾ ਹਰ ਇੱਕ ਲਈ ਤੇ ਹਰ ਕੰਮ ਛੱਡ ਕੇ ਆਪਣਾ ਆਪ ਖਪਾਉਣ ਨਹੀਂ ਹੁੰਦਾ ਪਰ ਜਿਸ ਦੇ ਨਾਲ ਮੁਹੱਬਤ ਹੋਵੇ ਉਹਨੂੰ ਤੇ ਟਰਕਾਣ ਨਹੀਂ ਹੁੰਦਾ ਤੇ ਚੋਖਾ ਰਿਜ਼ਕ ਵੀ ਜੋੜ ਲਵੇ ਕੋਈ ਬਾਜ ਨਸੀਬਾਂ ਖਾਣ ਨਹੀਂ ਹੁੰਦਾ ਰੋਜ਼ੀ ਰਾਜ਼ਕ ਉੱਥੋਂ ਦਿੰਦਾ ਜਿੱਥੋਂ ਵਹਿਮ ਗੁਮਾਨ ਨਹੀਂ ਹੁੰਦਾ ਪਾਕ ਨਬੀ ਦੇ ਦੁਸ਼ਮਣ ਦਾ ਹੀ ਜੱਗ ਤੇ ਨਾਮ ਨਿਸ਼ਾਨ ਨਹੀਂ ਹੁੰਦਾ ਗੁੱਸੇ ਵਿੱਚ ਬੇਕਾਬੂ ਹੋ ਜਾਏ ਉਹ ਵੀ ਕੋਈ ਭਲਵਾਨ ਨਹੀਂ ਹੁੰਦਾ ਆਦਮਜ਼ਾਦ ਹਜ਼ਾਰਾਂ ਸ਼ਾਕਿਰ ਹਰ ਬੰਦਾ ਇਨਸਾਨ ਨਹੀਂ ਹੁੰਦਾ ਬਹੁਤ ਸ਼ੁਕਰੀਆ ਜੀ ਬਾਕਸਿੰਗ ਦੇ ਹਵਾਲੇ ਨਾਲ ਮੈਂ ਅਰਜ਼ ਕਰ ਰਿਹਾ ਕਿ ਮੈਂ 12 ਸਾਲ ਪਾਕਿਸਤਾਨ ਆਰਮੀ ਦੇ ਵਿੱਚ ਬਾਕਸਿੰਗ ਖੇਡੀ ਤੇ ਉਹਨਾਂ 12 ਸਾਲਾਂ ਦੇ ਵਿੱਚ ਮੈਂ ਇੱਕ ਵਾਰੀ ਵੀ ਨਾਕਆਊਟ ਨਹੀਂ ਹੋਇਆ ਤੇ ਅੱਜ ਵੀ ਆਪਣੀ ਗੱਡੀ ਖੁਦ ਡਰਾਈਵ ਕਰਕੇ ਹਾਜ਼ਰ ਹੋਇਆ ਤੇ ਉਸ ਹਵਾਲੇ ਨਾਲ ਲਿਖਿਆ ਕਿ ਡਾਢੀ ਰਹੀ ਤਕਦੀਰ ਡਾਢੀ ਰਹੀ ਤਕਦੀਰ ਤੇ ਬਾਹਾਂ ਨਹੀਂ ਰਹੀਆਂ ਪਰ ਸਾਡੇ ਲੱਭਾਂ ਤੇ ਫਿਰ ਵੀ ਹਾਵਾਂ ਨਹੀਂ ਰਹੀਆਂ ਤੇ ਜੇ ਕੋਈ ਜਜ਼ਬੇ ਨਾਲ ਵਧਾਵੇ ਕਦਮਾਂ ਨੂੰ ਉਹਦੇ ਲਈ ਫਿਰ ਔਖੀਆਂ ਰਾਹਾਂ ਨਹੀਂ ਰਹੀਆਂ ਬਹੁਤ ਸ਼ੁਕਰੀਆ ਜਨਾਬ